बाद मुख्यमंत्री भी मुड़ के पहाड़ा चो दबदे नहीं। आम आदमी पार्टी दे सीनियर आगू ते सांसद भगवंत मान ने एक बार फिर पार्टी दे तरनियां च एंट्री मारी है ते विरोधियां नू लम्मे हथी लिया। आओ पंजाब दे पिंडां जाके देखो, आके देखो ए चिट्टे ने, आ चिट्टे ने किन्ने घरां दे विच चिट्टे रंग दे सत्तर बिछाते। सौं खाण तों बाद पहले गुटका साहब दी बात मुख्यमंत्री दी मुड़ के पहाड़ां चों दबदे नहीं। ये तो पहला अकाली दल भी यही कहना सी, ये आम आदमी पार्टी वाले पंजाब नु बदनाम करते ने, ये कहंदे उड़ता पंजाब फिल्म भी इन्हां नहीं बनवाई है। लो दरअसल पार्टी वालों पंजाब दे हर मुद्दे नु लेके विरोधियों ते इकट्ठियां तावा बोलिया जांदे रहे ते समय समय ते कई सूबा पदरी प्रोग्राम भी उलीके जांदे ने, पर पिछले कई दिनों तो पार्टी दे सीनियर आगू सांसद भगवंत मान दी शमूलियत इन्हां प्रोग्रामां च कुछ घट ही दिखाई दिंदी है। ਇਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਮਾਨ ਉਥੋਂ ਵੀ ਗਾਇਬ ਰਹੇ। ਪਾਰਟੀ ਦੇ ਇੱਕ ਵਿਧਾਇਕ ਤੇ ਜਾਨਲੇਵਾ ਹਮਲਾ ਹੋਇਆ ਤਾਂ ਸਾਰੀ ਪਾਰਟੀ ਨੇ ਇਸ ਖਿਲਾਫ ਖੁੱਲ ਕੇ ਮੋਰਚਾ ਖੋਲ ਦਿੱਤਾ, ਪਰ ਇਸ ਦੇ ਬਾਵਜੂਦ ਮਾਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜਦੋਂ ਮੀਡੀਆ ਨੇ ਮਾਨ ਦੀ ਚੁੱਪੀ ਤੇ ਸਵਾਲ ਖੜੇ ਕੀਤੇ ਤਾਂ ਉਹਨਾਂ ਇੱਕ ਕਮਰੇ 'ਚ ਬੈਠ ਇੱਕ ਵੀਡੀਓ ਪੋਸਟ ਕਰਕੇ ਵਿਰੋਧ ਜਤਾ ਦਿੱਤਾ। ਗੱਲ ਸ਼ਾਹਕੋਟ ਜ਼ਿਮਨੀ ਚੋਣ ਦੀ ਕਰੀਏ ਤਾਂ ਪਾਰਟੀ ਉਮੀਦਵਾਰ ਦੀ ਜਿੱਤ ਲਈ ਪਾਰਟੀ ਦੇ ਹਰ ਵਰਕਰ ਨੇ ਦਿਨ ਰਾਤ ਪ੍ਰਚਾਰ ਕੀਤਾ, ਪਰ ਪਾਰਟੀ ਦਾ ਸਟਾਰ ਪ੍ਰਚਾਰਕ ਮੰਨੇ ਜਾਂਦੇ ਭਗਵੰਤ ਮਾਨ ਸਿਰਫ ਇੱਕ ਦਿਨ ਲਈ ਸ਼ਾਹਕੋਟ ਆਏ, ਹਾਲਾਂਕਿ ਉਸ ਸਮੇਂ ਤਾਂ ਕੋਈ ਸੰਸਦੀ ਇਜਲਾਸ ਵੀ ਨਹੀਂ ਚੱਲ ਰਿਹਾ ਸੀ। ਮਾਨ ਦੀ ਚੁੱਪੀ ਤੇ ਸਵਾਲ ਉਸ ਵੇਲੇ ਵੀ ਉੱਠੇ ਜਦੋਂ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਰੈਫਰੈਂਡਮ ਦੇ ਮੁੱਦੇ ਤੇ ਦਿੱਤੇ ਬਿਆਨ ਤੇ ਚੁਫੇਰਿਓਂ ਘੇਰੇ ਗਏ। ਇੱਥੋਂ ਤੱਕ ਕਿ ਖਹਿਰਾ ਨੂੰ ਪਾਰਟੀ ਦੇ ਅੰਦਰੋਂ ਵੀ ਵਿਰੋਧ ਝੱਲਣਾ ਪਿਆ, ਪਰ ਮਾਨ ਸਾਹਿਬ ਨੇ ਉਸ ਤੋਂ ਵੀ ਦੂਰੀ ਬਣਾਈ ਰੱਖੀ, ਜਦਕਿ ਵਿਰੋਧੀ ਆਪ ਲੀਡਰਸ਼ਿਪ ਤੋਂ ਮੁੱਦੇ ਨੂੰ ਲੈ ਕੇ ਸਟੈਂਡ ਦੇ ਬਾਰੇ ਪੁੱਛਦੇ ਰਹੇ। ਪਰ ਹੁਣ ਜਦੋਂ ਨਸ਼ਿਆਂ ਦਾ ਮੁੱਦਾ ਇੱਕ ਵਾਰ ਫਿਰ ਗੂੰਜਿਆ ਤਾਂ ਭਗਵੰਤ ਮਾਨ ਇੱਕ ਵਾਰ ਫਿਰ ਪਹਿਲਾਂ ਵਾਲੀ ਲੈਅ 'ਚ ਦਿਖਾਈ ਦਿੱਤੇ ਨੇ ਤੇ ਗਰਜਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਘਰ ਦਾ ਘਿਰਾਓ ਕਰਨ ਪਹੁੰਚ ਗਏ, ਜਿੱਥੇ ਉਹਨਾਂ ਕਾਂਗਰਸ ਦੇ ਨਾਲ ਨਾਲ ਪਿਛਲੀ ਸਰਕਾਰ ਨੂੰ ਵੀ ਖੂਬ ਰਗੜੇ ਲਾਏ ਨੇ। ਜਿਸ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕੈਪਟਨ ਸਾਹਿਬ ਨੇ ਕਿ ਚਾਰ ਹਫ਼ਤੇ ਦੇ ਦਿਓ ਮੈਨੂੰ, ਬਸ ਚਾਰ ਹਫ਼ਤੇ 'ਚ ਮੈਂ ਲੱਕ ਤੋੜ ਦੂੰਗਾ ਇਸ ਮਾਫੀ ਦਾ, ਤੇ ਅੱਜ 16-17 ਮਹੀਨੇ ਹੋ ਗਏ, ਹਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਨਸ਼ਾ ਹੈਗਾ ਜਾਂ ਨਹੀਂ ਹੈਗਾ। ਇੱਕ ਵੀਡੀਓ ਹੋ ਰਹੀ ਹੈ ਕੈਲੀਫੋਰਨੀਆ ਦੀ, ਜਦੋਂ ਕੈਪਟਨ ਸਾਹਿਬ ਕੈਲੀਫੋਰਨੀਆ ਗਏ ਸੀ ਉਹ ਵੀਡੀਓ ਗੁਟਕਾ ਸਾਹਿਬ ਦੀ ਸਹੁੰ ਖਾਣ ਤੋਂ ਬਾਅਦ ਤੇ ਮੁੱਖ ਮੰਤਰੀ ਦੀ ਸਹੁੰ ਖਾਣ ਤੋਂ ਪਹਿਲਾਂ ਦੀ ਹੈ। ਉਹ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਨੇ, ਮੇਰੇ ਫੋਨ 'ਚ ਪਈ ਹੈ, ਮੈਂ ਇਹਦੇ ਚਲਾ ਨਹੀਂ ਸਕਦਾ। ਉਹ 'ਚ ਕੀ ਕਹਿੰਦੇ ਇਹਨਾਂ ਮੈਨੂੰ ਸਾਰਾ ਪੱਤਰ ਕੌਣ ਵੇਚਦਾ ਚਿੱਟਾ, ਸਾਰਾ ਪੱਤਰ ਸਾਨੂੰ ਕੌਣ ਕੌਣ ਵੇਚਦੇ ਨੇ, ਇਹ ਪੁਲਿਸ ਦੇ SHO ਤੋਂ ਲੈ ਕੇ ਸਭ ਦੇ ਰਲੇ ਹੋਏ ਨੇ, ਪਰ ਮੇਰੇ ਕੋਲ ਪੁਲਿਸ ਜਦੋਂ ਆ ਗਈ ਤਾਂ ਪੁਲਿਸ ਸਾਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਮਾੜੀ ਨਹੀਂ ਹੈਗੀ, ਚੰਗੇ ਅਫਸਰ ਵੀ ਹੈਗੇ ਨੇ, ਮੈਂ ਉਹਨਾਂ ਨੂੰ ਨਾਲ ਲੈ ਕੇ ਆਪਣੀ ਜੋ ਸਰਕਾਰ ਆ ਗਈ ਇਹ ਚਾਰ ਹਫ਼ਤੇ ਛੱਡੋ ਜੀ, ਇਹਨਾਂ ਮੈਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਆਇਆ ਚਾਰ ਹਫ਼ਤੇ ਕਹਿ ਕੇ ਆਇਆ, ਪਰ ਇਹ ਕੰਮ ਮੈਂ 10 ਦਿਨ 'ਚ ਕਰ ਲੈਣਾ। 10 ਦਿਨ ਕਹਿੰਦੇ ਉਸ ਵੀਡੀਓ ਦੇ ਵਿੱਚ, ਇਹ ਲੋਕਾਂ ਨੂੰ ਇੰਨੇ ਮੂਰਖ ਸਮਝਦੇ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।